ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਪਾਕਿਸਤਾਨੀਓ ਬੜੀ ਬੜੀ ਹੋਵੇ ਤੁਹਾਨੂੰ ਮੁਬਾਰਕ ਸਿਆਸੀ ਡੇਰਾ ਨੇ ਬੜੀ ਕੋਸ਼ਿਸ਼ ਕੀਤੀ ਬੜੇ ਅਸੀਂ ਪ੍ਰੋਗਰਾਮ ਕੀਤੇ ਔਰ ਬੜੀਆਂ ਖਬਰਾਂ ਅੰਦਰ ਦੀਆਂ ਤੁਹਾਨੂੰ ਦਿੱਤੀਆਂ ਕਿ ਨਿਆਜ਼ੀ ਜਿਹੜਾ ਇਹ ਮਾਰਚ ਅਪ੍ਰੈਲ ਤੱਕ ਚਲਾ ਜਾਏਗਾ ਅਲਹਮਦੁਲਿਲਾ ਅਸੀਂ ਸੁਰਖਰੂ ਠਹਿਰੇ ਔਰ ਨਿਆਜ਼ੀ ਜਿਹੜਾ ਸਾਡੇ ਦਰਦ ਦੀ ਵਜ੍ਹਾ ਤੋਂ ਆਪ ਹੀ ਅਸੈਂਬਲੀ ਤੋੜ ਕੇ ਚਲਾ ਗਿਆ ਤੁਸੀਂ ਅੰਦਾਜ਼ਾ ਲਾਓ ਨਾ ਜਰਾ ਕਹਿੰਦੇ ਅਮਰੀਕਾ ਦੀ ਸਾਜ਼ਿਸ਼ ਆਹ ਬੁਜ਼ਦਾਰ ਨੂੰ ਕਿੰਨੇ ਹਟਾਇਆ ਅਮਰੀਕਾ ਨੇ ਹਟਾਇਆ ਧਿਆਨ ਨਾਲ ਗੱਲ ਸੁਣਿਆ گورنر ਸਰਵਰ ਨੂੰ ਕਿੰਨੇ ਹਟਾਇਆ ਅਮਰੀਕਾ ਨੇ ਹਟਾਇਆ ਤੇ ਅੱਜ ਤੂੰ ਜਿਹੜੀਆਂ ਅਸੈਂਬਲੀਆਂ ਤੋੜੀਆਂ ਕੌਮੀ ਅਸੈਂਬਲੀ ਇਹ ਅਮਰੀਕਾ ਨੇ ਤੋੜੀ ਏ ਤੂੰ ਤੇ ਅਮਰੀਕਾ ਦਾ ਤੋੜਸ ਹੈ ਨਾ ਅਮਰੀਕਾ ਸਾਜ਼ਿਸ਼ ਕਰ ਰਿਆ ਤੇ ਤੂੰ ਉਹਨੂੰ ਬਚਾਣਾ ਲੇਕਿਨ ਤੂੰ ਤੇ ਆਪੇ ਤੋੜ ਦਿੱਤੀ ਕਿਉਂ ਤੋੜੀ ਇਹ ਇਜ਼ਰਾਈਲ ਨੇ ਕਰਵਾਇਆ ਹੈ ਇੰਡੀਆ ਨੇ ਕਰਵਾਇਆ ਹੈ ਕਿੰਨੇ ਕਰਵਾਇਆ ਜ਼ਰਾ ਨਾਲ ਥੋੜਾ ਸੰ ਦੱਸ ਤੇ ਦੇ ਨਾ ਕਿ ਕਿੰਨੇ ਕਰਾਇਆ ਇਹ ਖੁਦਾ ਖੁਦਾ ਕਰਕੇ ਤੇ ਕੋਲ ਆ ਜਾਨ ਛੱਡ ਗਈ ਆਪੇ ਨਸ ਗਿਆ ਦੌੜ ਗਿਆ ਬਿਲਕੁਲ ਪਾਰਲੀਮੈਂਟ ਦਾ ਸਾਹਮਣੇ ਨਹੀਂ ਕਰ ਸਕਿਆ ਕਿਉਂਕਿ ਤੁਹਾਨੂੰ ਪਤਾ ਹੈ ਇੱਕ ਬੰਦਾ ਜਿਹੜਾ ਚਿੱਟਾ ਛਾੜਦਾ ਹੈ ਔਰ ਮੁਰਾਦ ਸੈਦ ਦੇ ਨਾਲ ਜਿਹੜਾ ਉਹ ਆਪਣਾ ਗੋਲੀ ਪਿੱਲਾ ਖੇਡਦਾ ਉਹਨੇ ਕੀ ਆਵਾਮ ਦਾ ਆ ਕੇ ਸਾਹਮਣਾ ਕਰਨਾ ਹੈ ਜਾਂ ਪਾਰਲੀਮੈਂਟ ਦੇ ਵਿੱਚ ਆ ਕੇ اپੋਜੀਸ਼ਨ ਦਾ ਸਾਹਮਣਾ ਕਰਨਾ ਹੈ ਬਈ ਕਿੱਥੇ 200 ਬੰਦਾ ਲੈ ਕੇ ਉਹ ਬੈਠੇ ਆ ਤੇ ਕਿੱਥੇ ਇਹਦੇ ਕੋਲ 40 ਬੰਦੇ ਤੇ ਜ਼ਹਰੀ ਗੱਲ ਹੈ ਫਿਰ ਨਜ਼ਰਾਂ ਦੇ ਵਿੱਚ ਨਜ਼ਰਾਂ ਤਾਂ ਨਹੀਂ ਨਾ ਮਿਲ ਸਕਦੀਆਂ ਹੁਣ ਨਵਾਂ ਵਸਿਆਪਾ ਪੈ ਗਿਆ ਕਿ ਯੂਥੀਆ ਕੀ ਸੋਚਦਾ ਪਿਆ ਨਿਆਜ਼ੀ ਚਲਾ ਗਿਆ ਖੁਦ-ਬਖੁਦ ਜਿਹੜਾ ਅਸੈਂਬਲੀਆਂ ਤੋੜ ਕੇ ਨਸ ਗਿਆ ਦਫਾ ਦੂਰ ਹੋ ਗਿਆ ਔਰ ਇਹਨੀ ਸਿਆਸਤ ਵੀ ਖਤਮ ਹੋ ਜਾਣੀ ਹੈ ਇਹਦੀ ਪਾਰਟੀ ਵੀ ਖਤਮ ਹੋ ਜਾਣੀ ਹੈ ਵੀ ਅਸੀਂ ਬੜੀ ਦੂਰ ਦੀ ਕੋੜੀ ਤੁਹਾਡੇ ਅੱਗੇ ਮਾਰ ਰਹੇ ਆ ਇਹ ਲਿਖ ਲਓ ਇਹਦੀ ਪਾਰਟੀ ਦਾ ਟਿਕਟ ਲੈਣ ਵਾਸਤੇ ਕੋਈ ਬੰਦਾ ਨਹੀਂ ਰਾਜ਼ੀ ਹੋਏਗਾ ਅਗਲੇ 6 ਮਹੀਨੇ ਦੇ ਵਿੱਚ ਜੋ ਸਨਾਰੀਓ ਨਿਕਲਣਾ ਔਰ ਇਹ ਜੇਲ ਚ ਹੋਏਗਾ ਜਾਂ ਇਹ ਲੰਡਨ ਹੋਏਗਾ ਦੂਰ ਦਰਾਜ਼ ਕਿਧਰੇ ਨਸ ਜਾਗਾ ਇੱਥੇ ਨਜ਼ਰ ਨਹੀਂ ਆਏਗਾ ਔਰ ਮੁਰਾਦ ਸਹਿਦ ਆਸਟ੍ਰੇਲੀਆ ਚਲਾ ਜਾਏਗਾ ਅੱਛਾ ਯੂਥਿਆ ਜਿਹੜਾ ਉਹ ਕੀ ਸੋਚ ਰਿਹਾ ਹੈ ਅਜੀਬੋ ਗਰੀਬ ਨੇ ਨਾਜ਼ੀ ਜਿਹੜਾ ਉਹ ਉਹ ਨਸ ਗਿਆ ਅਸੈਂਬਲੀਆਂ ਤੋੜ ਗਿਆ ਇਹ ਭੰਗੜੇ ਪਾਈ ਜਾ ਰਹੇ ਨੇ ਕਿਸ ਚੀਜ਼ ਦੇ ਭੰਗੜੇ ਮੈਂ ਤੁਹਾਨੂੰ ਦੱਸਣਾ ਇਸ ਟਾਈਮ ਕਿ ਯੁੱਥੀਆਂ ਦੀ ਕੀ ਕਹਾਣੀ ਹੈ ਇੱਕ ਯੁੱਥੀ ਆਸੀ ਮਰਾਸੀ ਨਾ ਪਿੰਡ 'ਚ ਤੇ ਉਹਨੇ ਕੋ ਜੁਰਮ ਕੀਤਾ ਗੱਲ ਬੜੀ ਧਿਆਨ ਨਾਲ ਸੁਣਿਆ ਜੇ ਇਹ ਮੈਂ ਯੁੱਥੀਆਂ ਦੀ ਯੁੱਥੀਆਂ ਦੀ ਦੋ ਸਟੋਰੀਆਂ ਇਹ ਤੁਹਾਨੂੰ ਮੈਂ ਦੱਸਣੀਆਂ ਅੱਜ ਯੁੱਥਿਆ ਕੀ ਸੋਚ ਰਿਹਾ ਹੈ ਯੁੱਥੀ ਆਸੀ ਇੱਕ ਮਰਾਸੀ ਇਹ ਸਾਰੇ ਹੀ ਮਰਾਸੀ ਨੇ ਲੇਕਿਨ ਮੈਂ ਇੱਕ ਜ਼ਰਾ ਪੂਰੀ ਐ ਟੋਰ ਕੇ ਤੁਹਾਡੇ ਕੋਲ ਗੱਲ ਰੱਖਣਾ ਨਾ ਯੁੱਥੀ ਆਸੀ ਮਰਾਸੀ ਇੱਕ ਪਿੰਡ 'ਚ ਸਾਡੇ ਪਿੰਡ 'ਚ ਤੇ ਉਹ ਨਾ ਮਰਾਸੀ ਜਿਹੜਾ ਉਹਨੂੰ ਨਾ ਉਹਨੇ ਕੋਈ ਜੁਰਮ ਕੀਤਾ ਯੂਥੀ ਇਹ ਮਰਾਸੀ ਨੇ ਕੋਈ ਜੁਰਮ ਕੀਤਾ ਬੜਾ ਵੱਡਾ ਜੁਰਮ ਦੀ ਉਹਨੂੰ ਸਜ਼ਾ ਹੋ ਜਾਂਦੀ ਆ ਫਾਂਸੀ ਠੀਕ ਹੈ ਨਾ ਉਹ ਉਹਨ ਜਨਾਬ ਜਿਹੜੀ ਗਲਤ ਤਰੀਖ ਪੈ ਗਈ ਤਰੀਖ ਪੈਣ ਤੋਂ ਬਾਅਦ ਉਹਦਾ ਨੰਬਰ ਆ ਗਿਆ ਨੰਬਰ ਆਣ ਤੋਂ ਬਾਅਦ ਐਵੇਂ 2 ਤਰਾ ਘੰਟੇ ਰਹਿ ਗਿਆ ਤੇ ਫਾਂਸੀ ਗਾੜ ਤੇ ਜਾਣ ਤੋਂ ਪਹਿਲੇ ਹੀ ਨਾ ਉਹਨੇ ਖੁਦਕੁਸ਼ੀ ਕਰ ਲਈ ਸਾਰੇ ਜਿਹੜੇ ਬਾਕੀ ਯੂਥ ਸੀ ਅਸੀਂ ਨਾਲ ਉਹਨਾਂ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵੇਖਿਆ ਵੇ ਬੰਦਾ ਬੜਾ ਸ਼ਹਜ਼ਾਦਾ ਲੱਗਿਆ ਫਾਂਸੀ ਤੋਂ ਬਚ ਗਿਆ ਖੁਦਕੁਸ਼ੀ ਕਰ ਲਈਏ ਫਾਂਸੀ ਤੋਂ ਬਚ ਗਿਆ ਇਹ ਉਹ ਯੂਥ ਸੀ ਜਿਹੜੇ ਨਾਲ ਸਨ ਨਾ ਮਰਾਸੀ ਉਹ ਤਾੜੀਆਂ ਛਾੜੀਆਂ ਮਾਰਨ ਲੱਗ ਗਏ ਗੁੰਮਰਾ ਪਾਣ ਲੱਗ ਗਏ ਔਰ ਮਠਿਆਈਆਂ ਤਕਸੀਮ ਕਰਨ ਲੱਗ ਗਏ ਜਿਵੇਂ ਅੱਜ ਯੂਥ ਹੀ ਆਪੇ ਕਰਦੇ ਨੇ ਬਈ ਉਹ ਦੌੜ ਗਿਆ ਅਸੈਂਬਲੀ ਤੋੜ ਗਿਆ ਉਹ ਨਸ ਗਿਆ ਉਹ ਸਾਹਮਣਾ ਨਹੀਂ ਕਰ ਸਕਿਆ ਪਾਰਲੀਮੈਂਟ ਦਾ ਇਹ ਮਠਿਆਈਆਂ ਵੰਡਦੇ ਅੱਗੇ ਆਜੋ ਜੀ ਕੋਈ ਯੂਰਪੀਅਨ ਯੂਥੀ ਆ ਸੰਡ ਯੂਰਪੀਅਨ ਯੂਥੀ ਆ ਜਿੰਨਾਂ ਕੋਲੋਂ ਮਾਲ ਵੀ ਖਾਂਦਾ ਪਿਛਲੇ 12 14 ਸਾਲ ਤੋਂ ਜਿੰਨਾਂ ਨੂੰ ਅੰਦੇ ਸੀ ਤਾਂ ਨਵਾਂ ਪਾਕਿਸਤਾਨ ਧਿਆਨ ਦਾ ਤੇ ਜਿਹੜੇ ਆਂਦੇ ਸੀ ਖਾਨ ਨਿਆਣਾ ਤੇ ਅਸੀਂ ਅਮਰੀਕਾ ਛੱਡ ਕੇ ਉੱਥੇ ਟੁਰ ਜਾਣਾ ਕਿੰਨੇ ਕੋਈ ਗੈਨ ਹੈ ਅੱਛਾ ਉਹ ਕੋ ਅਮਰੀਕਨ ਯੂਥੀਆ ਸੀ ਉਹਦੀ ਜਿਹੜੀ ਮਾਈ ਆ ਨਾ ਉਹ ਸੈੱਟ ਸੀ ਕਿਸੇ ਨਾਲ ਗੱਲ ਹੁਣ ਬੜੀ ਧਿਆਨ ਨਾਲ ਸੁਣਿਆ ਜੇ ਬੜਾ ਦਿਲਚਸਪ ਮرحله ਆ ਉਹ ਅਮਰੀਕਨ ਯੂਥੀ ਦੀ ਮਾਈ ਬੀਬੀ ਉਹ ਕਿਸੇ ਨਾਲ ਸੈੱਟ ਸੀ ਨਾ ਸਾਰਿਆਂ ਦੀ ਸੈੱਟ ਨੇ ਸੱਜੇ ਖੱਬੇ ਕਿਉਂਕਿ ਖਤਮ ਜੂ ਗਏ ਬੇ ਮੁਰਾਦ ਸੈਦ ਅਲ ਜੂ ਗਏ ਮ ਉਹਦੀ ਬੀਬੀ ਸੈੱਟ ਸੀ ਤੇ ਉਹਨੂੰ ਸ਼ੱਕ ਪਿਆ ਗਿਆ ਬੀਬੀ ਮੇਰੀ ਜਿਹੜੀ ਆ ਉਹ ਸੈੱਟ ਤਾਂ ਕਿਸੇ ਨਾਲ ਉਹਨੇ ਕੋਈ ਉਹ ਜਿਹੜੇ ਉਹ ਨਹੀਂ ਹੁੰਦੇ ਡਿਟੈਕਟਿਵ ਜਿਹੜਾ ਉਹ ਇੱਕ ਰੱਖ ਲਿਆ ਉਹਨੇ ਕਿਹਾ ਯਾਰ ਮੈਂ ਬਾਹਰ ਕੰਮ ਤੇ ਹੁਣਾ ਤਾਂ ਜ਼ਰਾ ਧਿਆਨ ਕਰਿਆ ਕਰ ਇੱਥੇ ਕੌਣ ਆਉਂਦਾ ਮੈਨੂੰ ਸ਼ੱਕ ਹੈ ਬੀਬੀ ਜਿਹੜੀ ਇਹ ਕਿਧਰੇ ਹੋਰ ਫਸੀ ਹੈ ਉਹ ਉਹਨੇ ਕਿਧਰੇ ਬਾਣਾ ਲਾਇਆ ਮਜੂਥੀਆ ਨੇ ਬਈ ਮੈਂ ਕਿਸੇ ਹੋਰ ਸ਼ਹਿਰ ਚੱਲਾਂ ਤਰਾ ਚਾਰ ਦਿਨ ਆਸਤੇ ਤੇ ਬੀਬੀ ਨੂੰ ਨਿਕਲ ਗਿਆ ਉਹ ਯਾਹ ਨਿਕਲਿਆ ਬੀਬੀ ਨੇ ਆਪਣਾ ਬੇਲੀ ਜਿਹੜਾ ਬਲਾ ਲਿਆ ਉਹ ਜਿਹੜਾ ਡਿਟੈਕਟਿਵ ਸੀ ਉਹ ਬਾਹਰ ਹੀ ਕਿਦਰੇ ਉਹ ਦਿਓ ਰਿਕਾਰਡਿੰਗ ਕਰ ਰਿਆ ਸੀ ਜਾਂ ਜੋ ਵੀ ਉਹਨੇ ਸਾਰਾ ਉਹਦਾ ਅੰਦਰ ਵੀ ਜੇ ਉਹ ਆਸ਼ਾ ਫੋਟੋਆਂ ਛੋਟੀਆਂ ਕਰ ਰਹੀਆਂ ਉਹ ਯੁੱਥੀ ਆਇਆ ਵਾਪਸ ਉਹਨੇ ਡਿਟੈਕਟਿਵ ਨੂੰ ਕਿਹਾ ਹਾਂ ਵੀ ਲੱਭੇ ਉਹਨੇ ਕਿਹਾ ਲੱਭ ਲੈ ਇਸ ਰੱਖ ਉਹਨੇ ਕਿਹਾ ਕਿਵੇਂ ਉਹਨੇ ਕਿਹਾ ਇਹ ਤਸਵੀਰ ਇਹ ਬੰਦਾ ਇਹ ਤੇਰੀ ਬੀਬੀ ਨੂੰ ਮਿਲਿਆ ਉਹਨੇ ਕਿਹਾ ਹੋਰ ਉਹ ਉਹਨੇ ਕਿਹਾ ਇਹ ਤੁਹਾਡਾ ਡ੍ਰਾਇੰਗ ਰੂਮ ਹੈ ਜਿੱਥੇ ਟੀਵੀ ਸੀ ਵੀ ਪਿਆ ਤੇ ਇਹ ਉੱਥੇ ਬਹਿ ਕੇ ਸੋਫੇ ਤੇ ਤੇ ਉਹ ਆਪਣਾ ਚਿੱਲ ਮਾਹੌਲ ਕਰ ਰਹੇ ਨੇ ਉਸ ਆਖਿਆ ਅੱਛਾ ਫਿਰ ਉਸਾਂ ਕਹੇ ਫਿਰ ਕੀ ਹੋਇਆ ਉਸਾਂ ਕਹੇ ਉਸ ਤੋਂ ਬਾਅਦ ਇਹ ਦੋਵੇਂ ਇਹਨਾਂ ਕੋਲੋਂ ਬੋਤਲਾਂ ਸਾਂ ਉਹ ਆਪਣਾ ਪੀਨ ਪਲਾਨ ਵਾਲੀਆਂ ਅੰਦਰ ਬੈੱਡਰੂਮ ਵਿੱਚ ਚਲੇ ਗਏ ਨੇ ਤੇ ਉਹਨੇ ਕਿਹਾ ਫਿਰ ਉਹਨੇ ਕਿਹਾ ਯਾਰ ਮੈਂ ਬੈੱਡਰੂਮ ਵਿੱਚ ਕੈਮਰਾ ਨਹੀਂ ਸੀ ਲਾਇਆ ਉਹਨੇ ਕਿਹਾ ਦਾ ਮਤਲਬ ਹੈ ਗੱਲ ਤੇ ਫਿਰ ਵਿੱਚ ਹੀ ਰਹਗੀ ਨਾ ਅਸਲ ਗੱਲ ਤੇ ਫਿਰ ਕੋਈ ਨਾ ਨਾ ਹੋਈ ਬੀਬੀ ਤੇ ਬਿਲਕੁਲ ਠੀਕ ਨਿਕਲੀ ਨਾ ਇਹੋ ਹੀ ਸਾਬ ਉਹ ਅਮਰੀਕਨ ਯੁੱਥੀਆਂ ਦਾ ਤੇ ਇਹ ਨਿਆਜ਼ੀ ਦੇ ਜਿਹੜੇ ਸਾਰੇ ਯੁੱਥੀ ਇਹ ਕਿ ਉਸ ਤਿਫਾ ਦੇ ਕੇ ਨਸ ਗਿਆ ਦੌੜ ਗਿਆ ਇਹ ਖੁਸ਼ੀਆਂ ਮਨਾ ਰਹੇ ਨੇ ਤੇ ਇਹ ਅੱਜਕੱਲ ਯੁੱਥੀਆ ਜਿਹੜਾ ਇਹ ਸੋਚ ਰਿਹਾ ਬਹੁਤ ਸ਼ੁਕਰੀਆ